550 ਸਾਲਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਆਗਮਨ ਦੀ ਖੁਸ਼ੀਆਂ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਨੇਕਾਂ ਪ੍ਰੋਗਰਾਮ ਕਰ ਰਹੀ, ਉਹਦੇ ਅੰਦਰ ਇੱਕ ਨਗਰ ਕੀਰਤਨ ਦਾ ਪ੍ਰੋਗਰਾਮ ਵੀ ਜਿਹੜਾ ਕਿ 28 ਅਕਤੂਬਰ ਨੂੰ ਦਿੱਲੀ ਤੋਂ ਜਾਣਾ ਸੀ ਔਰ 2 ਨਵੰਬਰ ਨੂੰ ਪਾਕਿਸਤਾਨ ਪਹੁੰਚਣਾ ਸੀ ਔਰ 5 ਨਵੰਬਰ ਨੂੰ ਵਾਪਸ ਆਉਣਾ ਸੀ। ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਵੀ ਉਹੀ ਤਰੀਕਾ ਤੈਅ ਕੀਤੀਆਂ ਗਈਆਂ। ਕੱਲ੍ਹ ਉਹਨਾਂ ਨੇ ਆਪਣੇ ਵੈਨਿਊ ਨੂੰ ਚੇਂਜ ਕਰ ਲਿਆ। ਅਸੀਂ ਉਮੀਦ ਕਰਦੇ ਸੀ ਕਿ ਉਹ ਇਸ ਟਕਰਾਵ ਦੀ ਨੀਤੀ ਤੋਂ ਬਰਾਂ ਹਟਣਗੇ। ਟਕਰਾਵ ਦੇ ਮਾਹੌਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਇਸ ਸ਼ਤਾਬਦੀ ਦੇ ਅੰਦਰ ਕਿਸੇ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਔਰ ਉਹ ਆਪਣੀ ਤਰੀਕ ਨੂੰ ਵੀ ਬਦਲਣਗੇ, ਪਰ ਉਹਨਾਂ ਨੇ ਐਸਾ ਨਹੀਂ ਕੀਤਾ ਔਰ ਉਹ ਇਸੇ ਗੱਲ 'ਤੇ ਬੇਇੱਜ਼ਤ ਰਹੇ ਕਿ ਇੱਕ ਦਿਨ 'ਚ 2 ਨਗਰ ਕੀਰਤਨ ਨਿਕਲਣ। ਪੂਰੀ ਦੁਨੀਆ ਦੀਆਂ ਨਜ਼ਰਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ। ਦੁਨੀਆ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜੋ ਸੰਦੇਸ਼ ਦਿੱਤਾ, ਅੱਜ ਅਸੀਂ ਉਸਨੂੰ ਘਰ ਘਰ ਪਹੁੰਚਾਉਣ ਦੇ ਬੜੇ ਵੱਡੇ ਉਪਰਾਲੇ ਕਰ ਰਹੇ ਹਾਂ। ਉਹਨਾਂ ਦਾ ਨਗਰ ਕੀਰਤਨ ਜੋ ਉਹਨਾਂ ਨੇ ਭਾਵੇਂ ਪਰਮਿਸ਼ਨਾਂ ਲਈਆਂ ਨੇ, ਨਹੀਂ ਲਈਆਂ ਅੱਜ ਤੱਕ, ਜਿਹੜੀਆਂ ਉਹਨਾਂ ਕੀ ਨਹੀਂ ਲਈਆਂ, ਸੱਚਾਈ ਇਹ ਆ, ਪਰ ਮੈਂ ਉਸ ਕੰਟਰੋਵਰਸੀ 'ਚ ਨਹੀਂ ਜਾਣਾ ਚਾਹੁੰਦਾ। ਮੈਨੂੰ ਇਹ ਪਤਾ ਹੈ ਕਿ ਉਹਨਾਂ ਨੂੰ ਨਗਰ ਕੀਰਤਨ ਨਿਕਲੇ ਨਾ ਨਿਕਲੇ, ਲੇਕਿਨ 3 ਮਹੀਨੇ ਤੱਕ ਰੋਜ਼ ਅਖਬਾਰਾਂ ਦੇ ਅੰਦਰ ਸਿੱਖ ਕੌਮ ਦੀ ਹੱਤਕ ਹੋਊਗੀ, ਸਾਡਾ ਮਜ਼ਾਕ ਬਣੂੰਗਾ, ਰੋਜ਼ ਅਖਬਾਰਾਂ 'ਚ ਟੀਵੀ ਚੈਨਲਾਂ 'ਚ ਮਜ਼ਾਕ ਚੱਲੇਗਾ ਕਿ 21 ਤਰੀਕ ਨੂੰ 2 ਨਗਰ ਕੀਰਤਨ ਨਿਕਲਦੇ ਪਏ ਨੇ। ਪਹਿਲਾਂ ਵੀ ਐਸੇ ਮਜ਼ਾਕ ਬਣੇ ਜਦੋਂ ਸੰਗਰਾਂਦਾਂ ਬਣੀਆਂ, ਇੱਕ ਮਹੀਨੇ 'ਚ 2-2 ਵਾਰਾਂ ਸੰਗਰਾਂਦਾਂ ਆਈਆਂ, 2-2 ਗੁਰਪੁਰਬ, 2-2 ਸ਼ਹੀਦੀ ਪੁਰਬ ਮਨਾਏ ਗਏ। ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਰੇ ਹੀ ਮੈਂਬਰ ਸਾਹਿਬਾਨਾਂ ਨੇ, ਪ੍ਰਬੰਧ ਆਫਿਸ ਬੀਰਸ ਨੇ, ਸਾਰਿਆਂ ਨੇ ਬੈਠ ਕੇ ਸਵੇਰੇ ਸਲਾਹ ਕੀਤੀ ਕਿ ਇਹਦੇ ਨਾਲ ਸਿੱਖ ਕੌਮ ਦਾ ਬਹੁਤ ਵੱਡਾ ਮਜ਼ਾਕ ਉੱਡ ਰਿਹਾ, ਬਦਨਾਮੀ ਹੋ ਰਹੀ ਹੈ ਘਰ ਘਰ, ਔਰ ਅਸੀਂ ਇੱਕ ਸੰਸਥਾ ਹੈ, ਅਸੀਂ ਜ਼ਿੰਮੇਵਾਰ ਸੰਸਥਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਗਰ ਕੀਰਤਨ ਕੱਢਦੀ ਪਈ ਹੈ, ਦਿੱਲੀ ਦੀਆਂ ਸੰਗਤਾਂ ਕੱਢਦੀਆਂ ਪਈਆਂ, ਕੋਈ ਸਾਡਾ ਨਗਰ ਕੀਰਤਨ ਪੋਲੀਟੀਕਲ ਪਾਰਟੀ ਨਹੀਂ ਕੱਢ ਰਹੀ ਸੀ, ਔਰ ਨਗਰ ਕੀਰਤਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਗੁਰੂ ਸਾਹਿਬਾਨਾਂ ਦੇ ਹਮੇਸ਼ਾ ਕੱਢਦੀ, ਹਰ ਸਾਲ ਕੱਢਦੀ ਆ। ਅਸੀਂ ਇਸ ਕਰਕੇ ਇਸ ਟਕਰਾਵ ਤੋਂ ਬਚਣ ਲਈ, ਦੇਸ਼ ਦੇ ਅੰਦਰ ਦੁਨੀਆ ਭਰ 'ਚ ਸਿੱਖਾਂ ਦੀ ਹੱਤਕ ਨਾ ਹੋਵੇ, ਮਜ਼ਾਕ ਨਾ ਉੱਡੇ, ਅਸੀਂ ਆਪਣੀ ਤਰੀਕ ਨੂੰ ਬਦਲਣਾ ਠੀਕ ਸਮਝਿਆ। ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਆਫਿਸ ਹੋਈ ਮੀਟਿੰਗ ਤੋਂ ਬਾਅਦ ਅਸੀਂ ਇਹ ਤੈਅ ਕੀਤਾ ਹੈ ਕਿ 13 ਤਰੀਕ ਨੂੰ, 13 ਅਕਤੂਬਰ ਨੂੰ ਬੰਗਲਾ ਸਾਹਿਬ ਤੋਂ ਇਹ ਨਗਰ ਕੀਰਤਨ ਚੱਲੂਗਾ 28 ਅਕਤੂਬਰ ਦੀ ਜਗ੍ਹਾ 'ਤੇ। ਅਸੀਂ 15 ਦਿਨ ਪਹਿਲਾਂ 13 ਅਕਤੂਬਰ ਨੂੰ ਇਹ ਨਗਰ ਕੀਰਤਨ ਕੱਢਾਂਗੇ, ਜੋ ਕਿ 13 ਰਾਤ ਨੂੰ ਕਰਨਾਲ, 14 ਨੂੰ ਫਤਿਹਗੜ੍ਹ ਸਾਹਿਬ, 15 ਰਾਤ ਨੂੰ ਸੁਲਤਾਨਪੁਰ ਲੋਧੀ, 16 ਰਾਤ ਨੂੰ ਸ਼੍ਰੀ ਦਰਬਾਰ ਸਾਹਿਬ ਔਰ 17 ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਛੋਹ ਸਥਾਨ, ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਪਹੁੰਚੇਗਾ। 18 ਨੂੰ ਉੱਥੇ ਸਮਾਗਮ ਕੀਤੇ ਜਾਣਗੇ ਔਰ 19 ਨੂੰ ਵਾਪਸੀ। ਅਸੀਂ ਸਮਝਦੇ ਹਾਂ ਕਿ ਦਿੱਲੀ ਦੇ ਅੰਦਰ ਇਹ ਜਿਹੜੀ ਇੱਕ ਸਥਿਤੀ ਉਤਪੰਨ ਹੋਈ, ਇਹਦੇ ਨਾਲ ਸਾਡਾ ਬਹੁਤ ਮਜ਼ਾਕ ਉੱਡ ਰਿਹਾ। ਕੁਛ ਲੋਕਾਂ ਦਾ ਸਿਆਸੀ ਮੰਤਵ ਆ, ਉਹ ਆਪਣੇ ਮੰਤਵ ਦੇ ਤਰੀਕੇ ਨਾਲ ਕੰਮ ਕਰ ਰਹੇ ਨੇ, ਪਰ ਅਸੀਂ ਉਸ ਉਲਝਣ 'ਚ ਨਹੀਂ ਉਲਝਣਾ ਚਾਹੁੰਦੇ। ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਕਿ ਸਿੱਖਾਂ ਦੀ ਦਿੱਲੀ ਦੇ ਇੱਕ ਸਰਮੋਹ ਜਥੇਬੰਦੀ ਔਰ ਦੁਨੀਆ ਭਰ ਦੇ ਅੰਦਰ ਸ਼੍ਰੋਮਣੀ ਕਮੇਟੀ ਤੋਂ ਬਾਅਦ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਮਾਣ ਪ੍ਰਾਪਤ ਹੁੰਦਾ ਹੈ, ਉਸਦੇ ਵੱਲੋਂ ਕੋਈ ਵੀ ਐਸੀ ਕਾਰਜ ਜਿਹਦੇ ਨਾਲ ਦੁਨੀਆ 'ਚ ਮਜ਼ਾਕ ਉੱਡਦਾ ਹੋਵੇ, ਉਸਦੀ ਚਿੰਤਾ ਕਰਨਾ ਸਾਡਾ ਫਰਜ਼ ਬਣਦਾ ਹੈ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹਦੇ ਨਾਲ ਜੋ ਟਕਰਾਵ ਉਹ ਕਰਦੇ ਪਏ ਨੇ, ਅਸੀਂ ਉਸ ਟਕਰਾਵ ਦੀ ਨੀਤੀ 'ਤੇ ਨਹੀਂ ਜਾਣਾ। ਕਿਸੇ ਵੀ ਸੂਰਤ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰੂ ਦੇ ਮੌਕੇ 'ਤੇ ਕੋਈ ਵੀ ਟਕਰਾਵ ਨਹੀਂ ਹੋਣਾ ਚਾਹੀਦਾ, ਕੋਈ ਐਸਾ ਸੰਦੇਸ਼ ਨਹੀਂ ਹੋਣਾ ਚਾਹੀਦਾ ਜਿਹਦੇ ਅੰਦਰ ਦੁਵਿਧਾ ਕੌਮ ਦੁਵਿਧਾ 'ਚ ਹੋ ਜਾਵੇ, ਸਾਡਾ ਮਜ਼ਾਕ ਉੱਟੇ, ਗੈਰ ਸਿੱਖਾਂ ਦੇ ਅੰਦਰ ਵੀ ਮਜ਼ਾਕ ਦੇ ਪਾਤਰ ਬਣੀਏ। ਇਸ ਕਰਕੇ ਅਸੀਂ ਆਪਣੀ ਇਸ ਤਰੀਕ ਨੂੰ ਬਦਲ ਕੇ 13 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਹੁਣੇ ਨਗਰ ਕੀਰਤਨ ਰਵਾਨਾ ਹੋਊਗਾ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।